ਦੇ ਬਟਾਲਾ ਪਟਾਕਾ ਫੈਕਟਰੀ ਵਿੱਚ ਹੋਏ ਬੰਬ ਧਮਾਕੇ ਤੋਂ ਕਾਫੀ ਜਾਨੀ ਨੁਕਸਾਨ ਹੋਇਆ ਹੈ, ਜਿਸ ਵਿੱਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਵਿੱਚ ਮਾਰੇ ਗਏ ਸਾਰੇ ਲੋਕਾਂ ਦੀ ਪਹਿਚਾਣ ਹੋ ਚੁੱਕੀ ਸੀ, ਪਰ ਅੱਜ 2 ਦਿਨਾਂ ਬਾਅਦ ਆਖਿਰਕਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪਹੁੰਚ ਕੇ ਆਪਣੇ ਪਰਿਵਾਰ ਦੇ ਮੈਂਬਰ ਸਤਨਾਮ ਸਿੰਘ ਦੀ ਪਹਿਚਾਣ ਕਰ ਲਿੱਤੀ ਹੈ। ਜਾਣਕਾਰੀ ਦਿੰਦੇ ਹੋਏ SDM ਗੁਰਦਾਸਪੁਰ ਦੀਪਕ ਭਾਟੀਆ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਕੱਲ ਤੋਂ ਹੀ ਆਪਣੇ ਰਿਸ਼ਤੇਦਾਰ ਦੀ ਭਾਲ ਕਰ ਰਹੇ ਸੀ, ਪਰ ਉਸ ਦੀ ਪਹਿਚਾਣ ਨਹੀਂ ਹੋ ਰਹੀ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪਹੁੰਚ ਕੇ ਆਪਣੇ ਪਰਿਵਾਰਕ ਮੈਂਬਰ ਦੀ ਪਹਿਚਾਣ ਕਰ ਲਿੱਤੀ ਹੈ। ਮਿਸਟਰ ਸਤਨਾਮ ਸਿੰਘ ਸੀ ਜੀ, ਇਹ ਉਹਨਾਂ ਦੇ ਵੱਡੇ ਭਰਾ ਨੇ ਜੀ। ਹੁਣ ਇਹਨਾਂ ਦੇ ਪਹਿਲੇ ਕੱਲ ਵੀ ਦੇਖ ਕੇ ਗਏ ਸੀਗੇ, ਅੱਜ ਇਹਨਾਂ ਦੇ ਘਰ ਦੇ ਹੋਰ 10-15 ਜੀ ਆਏ ਨੇ। ਇਹਨਾਂ ਨੇ ਇਤਮਾਨ ਨਾਲ ਬੋਡੀ ਦੇਖੀ ਆ, ਬੋਡੀ ਦੀ ਪਛਾਣ ਕੀਤੀ ਆ, ਅਤੇ ਉਹ ਤੋਂ ਬਾਅਦ ਜਿਹੜੀ ਇਹਦਾ ਮਤਲਬ ਕਿ ਸਾਡੇ ਕੋਲੋਂ ਇੱਕ ਹੋਰ ਬੋਡੀ ਦੀ ਪਛਾਣ ਹੋ ਗਈ, ਸਿਰਫ ਇੱਕ ਅਨਆਈਡੈਂਟੀਫਾਈਡ ਬੋਡੀ ਰਹਿ ਗਈ ਆ। ਜਿਸ ਤਰ੍ਹਾਂ ਉਹਦੇ ਅਟੈਂਡੈਂਟਸ ਵੀ ਆਉਣਗੇ, ਅਸੀਂ ਉਹ ਵੀ ਜਿਹੜੀ ਕਾਰਵਾਈ ਹੈ ਪੂਰੀ ਕਰਦੇ। ਪਰਿਵਾਰ 'ਤੇ ਬੀਤਦੀ ਆ ਨਾ, ਸਿਰਫ ਉਹ ਪਰਿਵਾਰ ਜਾਣਦਾ ਵਾ ਕਿਸ ਤਰ੍ਹਾਂ ਬੰਦਾ ਤਿਆਰ ਹੋ ਕੇ ਘਰੋਂ ਨਿਕਲਦਾ ਵਾ, ਕਿਹੜੇ ਮਾੜੇ ਹਾਲਾਤਾਂ 'ਚੋਂ ਬੰਦਾ ਪਹੁੰਚ ਕੇ ਕਿੱਥੋਂ ਤੱਕ ਪਹੁੰਚਿਆ, ਇਹਨਾਂ ਦਾ ਦੁੱਖ ਇਹੀ ਸਮਝ ਸਕਦੇ ਆ। ਆਪਾਂ ਇਹਨਾਂ ਨੂੰ ਕੁਛ ਨਹੀਂ ਕਹੀਗਾ, ਤੁਸੀਂ ਆਪਣੀ ਤਸੱਲੀ ਕਰੋ, ਬੋਡੀ ਸਾਡੇ ਕੋਲ ਪਈ ਆ। 2-3 ਵਾਰੀ ਦੇਖ ਕੇ ਹੁਣ ਇਹਨਾਂ ਨੇ ਵੀ ਪੂਰੇ ਪਰਿਵਾਰ ਨੇ ਆਪਸੀ ਸਲਾਹ ਕਰਕੇ। ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੱਲ ਜੋ ਵੀ ਹੈਗਾ ਸੀ ਕਿ ਪਤੀ ਜਾਨਰਾਜ ਜਦੋਂ ਦੇਖਣ ਗਿਆ ਸੀ, ਕੱਲ 2 ਬੋਡੀਆਂ ਸੀ ਰਵੀ, ਅਤੇ ਕੱਲ 2 ਬੋਡੀਆਂ ਸੀ, ਅਤੇ ਜਦੋਂ ਅੱਜ ਵੇਖੀਆਂ ਉਹਨਾਂ ਨੇ ਦੱਸਿਆ ਕਿ ਅੱਜ 3 ਬੋਡੀਆਂ ਗਈਆਂ। ਜੋ ਤੀਸਰੀ ਅਸੀਂ ਪਛਾਣ ਕੀਤੀ, ਅਤੇ ਫਿਰ ਉਹਦੇ ਵਿੱਚ ਦੇਖਿਆ ਕਿ ਉਹ ਸਾਡੀ ਬੋਡੀ ਹੈ। ਕੌਣ ਸੀ ਜਨਾਬ? ਸਤਨਾਮ ਸਿੰਘ ਬ੍ਰਦਰ ਮੇਰਾ।